Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। Wow, very nice. So beautiful. ਲੱਗਦਾ ਮੇਰਾ ਤੀਰ ਬਿਲਕੁਲ ਸਹੀ ਨਿਸ਼ਾਨੇ 'ਤੇ ਲੱਗਿਆ। ਰਣਵੀਰ ਦੀ ਤਾਂ ਸੁਧਬੂ ਦੀ ਗਵਾਚ ਗਈ ਹੈ ਮੈਨੂੰ ਦੇਖ ਕੇ। ਹੁਣ ਮੈਂ ਇਹ ਮੌਕਾ ਨਹੀਂ ਜਾਣ ਦੇਣਾ ਆਪਣੇ ਹੱਥੋਂ।
ਤੈਨੂੰ ਕੀ ਹੋ ਗਿਆ? ਮੂਡ ਚੇਂਜਡ? ਇਕਦਮ ਤੇਰਾ ਮੂਡ ਕਿੱਦਾਂ ਚੇਂਜ ਹੋ ਗਿਆ? ਰਣਵੀਰ ਕੀ ਬੋਲ ਰਹੇ? Don't say anything. ਹੁਣ ਇਹਨੂੰ ਕੀ ਹੋ ਗਿਆ? ਇਹ ਇੱਦਾਂ ਕਿਉਂ ਰੋਣ ਲੱਗ ਪਿਆ? ਰੀਤ, ਰੀਤ ਮੈਨੂੰ ਤੇਰੇ ਨਾਲ ਸੱਚੀ ਕੋਈ ਪ੍ਰੋਬਲਮ ਨਹੀਂ ਹੈ। ਤੂੰ ਬਸ ਇੱਕ ਵਾਰ ਪਾਪਾ ਜੀ ਨੂੰ ਸੋਰੀ ਕਹਿ ਦੇ, ਬਸ ਇੱਕ ਵਾਰ। ਤੇ ਬਾਊ ਜੀ ਨੂੰ ਉਹਨਾਂ ਦਾ ਬਿਜ਼ਨਸ ਵਾਪਿਸ ਕਰ ਦੇ। ਮੈਨੂੰ ਸੱਚੀ ਤੇਰੇ ਨਾਲ ਕੋਈ ਪ੍ਰੋਬਲਮ ਨਹੀਂ, ਮੈਂ ਤੇਰੇ ਨਾਲ ਰਹਿਣ ਲਈ ਰੈਡੀ ਹਾਂ। ਪਲੀਜ਼। ਵਾਹ, ਵਧੀਆ ਡਰਾਮਾ ਚੱਲ ਰਿਹਾ ਹੈ। ਜੇ ਡਰਾਮਾ ਇੱਦਾਂ ਹੀ ਚੱਲਦਾ ਰਿਹਾ ਤਾਂ ਮੈਂ ਤਾਂ ਆਪਣਾ ਕੰਮ ਇਸ ਡਰਾਮੇ ਵਿੱਚੋਂ ਵੀ ਕੱਢ ਹੀ ਲੈਣਾ। ਮੈਨੂੰ ਇੱਦਾਂ ਕਿਉਂ ਲੱਗ ਰਿਹਾ ਜਿੱਦਾਂ ਅੱਜ ਰਣਵੀਰ ਜੀ ਨਾਲ ਕੁਝ ਗਲਤ ਹੋਣ ਵਾਲਾ? ਹਿਮਾ ਸ਼ੇਰਾਵਾਲੀ, ਉੱਥੇ ਕੁਝ ਗਲਤ ਨਾ ਹੋਇਆ ਹੋਵੇ। ਕੱਲ ਸਾਰੀ ਰਾਤ ਨੀਂਦ ਨਹੀਂ ਆਈ ਮੈਨੂੰ। ਪਤਾ ਨਹੀਂ ਵਾਰ ਵਾਰ ਉਧਰਲਾ ਖਿਆਲ ਕਿਉਂ ਆਈ ਜਾਂਦਾ ਸੀ ਮਨ ਵਿੱਚ। ਪਤਾ ਨਹੀਂ ਕੀ ਹੋ ਰਿਹਾ ਸੀ ਉਧਰ। ਰੀਤ, ਰੀਤ ਤੂੰ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਜਾ ਰਹੀ ਹੈ? ਤੈਨੂੰ ਯਾਦ ਨਹੀਂ ਕਿ ਅੱਜ ਆਪਾਂ ਉਹ ਰਜਿਸਟ੍ਰੇਸ਼ਨ ਵਾਲਾ ਕੰਮ ਕਰਾਉਣਾ ਤੇ ਉਸ ਤੋਂ ਪਹਿਲਾਂ ਆਪਾਂ ਇੱਕ ਕਾਰੀਗਰ ਨੂੰ ਮਿਲਣਾ? ਤਾਂ ਹੀ ਤਾਂ ਤੂੰ ਉਹ ਰਜਿਸਟ੍ਰੇਸ਼ਨ ਵਾਲਾ ਫੈਸਲਾ ਲਏਗੀ ਕਿ ਨਹੀਂ? ਮੈਨੂੰ ਯਾਦ ਹੈ ਬਾਬੀ, ਬਾਕੀ ਸਾਰੇ ਕੰਮ ਬਾਅਦ ਵਿੱਚ, ਪਰ ਪਹਿਲਾਂ ਨਾ ਮੈਂ ਬਾਊ ਜੀ ਨੂੰ ਦਵਾਈ ਦੇਣੀ ਹੈ। ਪਰ ਇੱਕ ਗੱਲ ਸੋਚ ਰੀਤ, ਤੇਰਾ ਉਸ ਕਾਰੀਗਰ ਨੂੰ ਮਿਲਣਾ ਤੇ ਆਪਣੇ ਪਾਪਾ ਦੇ ਕਤਲ ਦੀ ਜਾਂਚ ਕਰਨਾ, ਇਹ ਜ਼ਿਆਦਾ ਜ਼ਰੂਰੀ ਨਹੀਂ ਹੈ ਬਾਊ ਜੀ ਨੂੰ ਦਵਾਈ ਦੇਣ ਤੋਂ? ਦੇਖ ਰੀਤ, ਇੱਕ ਗੱਲ ਸੋਚ, ਬਾਊ ਜੀ ਨੂੰ ਦਵਾਈ ਤਾਂ ਕੋਈ ਵੀ ਦੇ ਸਕਦਾ, ਪਰ ਜਿਹੜੇ ਕੰਮ ਨੂੰ ਸਿਰੇ ਚੜਾਉਣ ਦਾ ਬੀੜਾ ਤੂੰ ਚੁੱਕਿਆ ਨਾ, ਉਹ ਸਿਰਫ ਤੂੰ ਹੀ ਕਰ ਸਕਦੀ ਹੈ, ਹੋਰ ਕੋਈ ਨਹੀਂ। ਨਾਲੇ ਮੈਂ ਤੈਨੂੰ ਉਸ ਬੰਦੇ ਨੂੰ ਵੀ ਮਿਲਾਉਣਾ, ਇਹ ਕੰਮ ਬਹੁਤ ਜ਼ਰੂਰੀ ਹੈ। ਤੇ ਚੱਲ ਆ ਗੱਡੀ 'ਚ ਬੈਠ ਮੈਨੂੰ। ਨਹੀਂ ਬੌਬੀ, ਪਹਿਲਾਂ ਮੈਂ ਬਾਊ ਜੀ ਨੂੰ ਦਵਾਈ ਦੇਣੀ ਹੈ, ਉੱਦਾਂ ਵੀ ਮੈਂ ਰਣਵੀਰ ਜੀ ਨੂੰ। ਕੀ ਹੋਇਆ, ਵਿੱਚ ਬੋਲਦਿਆਂ ਬੋਲਦਿਆਂ ਰੋਕਿਓ ਕੀ? ਨਹੀਂ ਕੁਛ ਨਹੀਂ ਹੋਇਆ, ਮੈਂ ਤੈਨੂੰ ਵਿਹਲੀ ਹੋ ਕੇ ਕਾਲ ਕਰਦੀ। ਚੰਗਾ ਹੈ ਰੀਤ, ਜੇ ਰਣਵੀਰ ਇੱਥੇ ਨਹੀਂ ਹੈ, ਨਹੀਂ ਤੇ ਉਹਨੇ ਬਹੁਤ ਸੜਨਾ ਸੀ। ਕੋਈ ਹੋਰ ਨਹੀਂ ਤੇ ਇਸੇ ਗੱਲ ਤੇ ਸੜਨਾ ਸੀ ਕਿ ਤੂੰ ਮੈਨੂੰ ਦਵਾਈ ਨਾਲ ਪਾਣੀ ਬਹੁਤ ਪਿਲਾਉਣੀ ਹੈ।
ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।